ਸ਼੍ਰੀ ਅਨੰਦਪੁਰ ਸਾਹਿਬ ਹਿਮਾਚਲ ਪ੍ਰਦੇਸ਼ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਪੈ ਰਹੇ ਮੀਂਹ ਦੇ ਕਾਰਨ ਸਤਲੁਜ ਦਰਿਆ ਦੇ ਵਿੱਚ ਇੱਕ ਵਾਰ ਫਿਰ ਪਾਣੀ ਦਾ ਪੱਧਰ ਵਧਿਆ। ਪਾਣੀ ਦਾ ਪੱਧਰ ਵਧਣ ਦੀ ਵਜ੍ਹਾ ਦੇ ਨਾਲ ਮਹਿੰਦਲੀ ਕਲਾਂ ਅਤੇ ਹਰੀਵਾਲ ਦੇ ਨੇੜੇ ਜਿਹੜਾ ਅਸਥਾਈ ਬੰਨ੍ਹ ਬਣਿਆ ਸੀ ਉਹ ਟੁੱਟ ਗਿਆ। ਪਾਣੀ ਇੱਕ ਵਾਰ ਫਿਰ ਪਿੰਡਾਂ ਦੇ ਅੰਦਰ ਦਾਖਲ ਹੋ ਗਿਆ, ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਵੀ ਵੇਖਣ ਨੂੰ ਮਿਲਿਆ। ਲੋਕਾਂ ਦੀ ਚਿੰਤਾ ਇੱਕ ਵਾਰ ਫਿਰ ਤੋਂ ਵੱਧ ਗਈ। ਇਹ ਤੀਜੀ ਵਾਰ ਹੈ ਜਦ ਸਤਲੁਜ ਦਾ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਚੁੱਕਾ ਹੈ, ਜਿਸ ਕਰਕੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਵੇਖਣਾ ਹੁਣ ਲਾਜ਼ਮੀ ਹੋ ਗਿਆ ਹੈ। ਬੇਸ਼ੱਕ ਪ੍ਰਸ਼ਾਸਨ ਦੇ ਵੱਲੋਂ ਰਿਲੀਫ ਕੈਂਪ ਬਣਾਏ ਗਏ ਨੇ, ਜਿੱਥੇ ਲੋੜ ਪੈਣ ਦੇ ਉੱਤੇ ਲੋਕਾਂ ਨੂੰ ਲਿਆਇਆ ਵੀ ਜਾ ਸਕਦਾ ਹੈ, ਪਰ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਸਹਿਮ ਦਾ ਮਾਹੌਲ ਜ਼ਰੂਰ ਵੇਖਿਆ ਜਾ ਰਿਹਾ ਹੈ। ਇਹ ਮਹਿੰਦਲੀ ਕਲਾਂ ਪਿੰਡ ਹੈ ਆਨੰਦਪੁਰ ਸਾਹਿਬ ਸਬ ਡਿਵੀਜ਼ਨ 'ਚ। ਪਾਣੀ ਰਾਤ ਬਾਰਿਸ਼ ਬਹੁਤ ਜ਼ਿਆਦਾ ਹੋਈ ਹੈ ਪਹਾੜਾਂ 'ਤੇ ਵੀ ਅਤੇ ਇਸ ਏਰੀਏ 'ਚ ਵੀ, ਉਸ ਕਾਰਨ ਪਾਣੀ ਵਧਿਆ ਦਰਿਆ 'ਚ, ਇਹ ਬੰਨ ਟੁੱਟਿਆ ਹੈ। ਅਸੀਂ ਇੱਥੇ ਦਾ ਜਾਇਜ਼ਾ ਲੈਣ ਆਏ ਹਾਂ। ਪ੍ਰਸ਼ਾਸਨ ਹਮੇਸ਼ਾ ਮੁਸਤੈਦ ਹੈ, ਜੇ ਲੋਕਾਂ ਨੂੰ ਵੀ ਮੈਂ ਆਪਣਾ ਨੰਬਰ ਦਿੱਤਾ ਹੋਇਆ, ਜੇ ਕੋਈ ਇਸ਼ੂ ਹੋਊਗਾ, ਇਹ ਪਾਣੀ ਹੈ ਜਿਹੜਾ ਫਿਲਹਾਲ ਇਹਦੀ ਕੋਈ ਮਾਰ ਨਹੀਂ ਹੈ, ਖੇਤਾਂ 'ਚੋਂ ਹੋ ਕੇ ਦੁਬਾਰਾ ਦਰਿਆ 'ਚ ਪੈ ਰਿਹਾ, ਕਿਸੇ ਵੀ ਘਰ 'ਚ ਪਾਣੀ ਨਹੀਂ ਐਂਟਰ ਕਰ ਰਿਹਾ। ਅਤੇ ਬਾਕੀ ਸਾਡਾ ਪ੍ਰਸ਼ਾਸਨ, ਅਸੀਂ ਹਮੇਸ਼ਾ ਚੌਕਸ ਹੈ, ਜੇ ਕਿਸੇ ਨੂੰ ਕੋਈ ਦਿੱਕਤ ਆਊਗੀ ਤਾਂ ਅਸੀਂ ਪ੍ਰਬੰਧ ਉਹਦਾ ਕਰਾਂਗੇ। ਮੇਰਾ ਨਾਮ ਸਾਧਾ ਸਿੰਘ ਹੈ ਜੀ, ਸਾਬਕਾ ਸਰਪੰਚ ਹਰੀਵਾਲ ਮਹਿੰਦਲੀ ਕਲਾਂ ਜੀ। ਅਤੇ ਜੋ ਵੀ ਆ ਦ੍ਰਿਸ਼ ਤੁਸੀਂ ਦੇਖ ਰਹੇ ਅੱਜ, ਇਹ ਸਤਲੁਜ ਦਰਿਆ 'ਚ ਪਾੜ ਪਿਆ। ਇਹ ਪਹਿਲਾਂ ਅਸੀਂ ਨਰੇਗਾ ਵਾਲੇ ਬੰਦੇ ਲਾ ਕੇ ਬੋਰੀਆਂ ਰੇਤੇ ਦੀਆਂ ਭਰਾ ਕੇ ਇਹ ਲਵਾਇਆ ਸੀ, ਕੁਛ ਰਾਹਤ ਸਾਨੂੰ ਮਿਲ ਗਈ ਸੀਗੀ। ਉਹਦੇ ਮਗਰੋਂ ਅੱਜ ਪਾਣੀ ਜ਼ਿਆਦਾ ਹੋਣ ਕਰਕੇ ਇਹ ਦੁਬਾਰਾ ਬੰਨ੍ਹ ਟੁੱਟ ਗਿਆ। ਸਾਰਾ ਪਾਣੀ ਹੀ, ਅਗਰ ਜੇ ਇਸ ਤਰ੍ਹਾਂ ਹੀ ਕੰਡੀਸ਼ਨ ਰਹੀ ਪਾਣੀ ਦੀ, ਤਾਂ ਇਹ ਸਾਡੇ ਘਰਾਂ ਦੇ ਵਿੱਚ ਇੰਟਰ ਕਰ ਜਾਣਾ ਹੈ।